ਬਕੇਰੀਆਂ ਤੋਂ ਕਾਂਗਰਸੀ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਵੱਲੋਂ ਨਾਰਾਜ਼ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ। ਤ੍ਰਿਪਤ ਰਜਿੰਦਰ ਬਾਜਵਾ ਪਿੰਡ ਮਹਿਮੂਦਪੁਰ ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੰਤ ਸਿੰਘ ਰੰਧਾਵਾ ਦੇ ਘਰ ਪਹੁੰਚੇ ਜਿੱਥੇ ਉਹਨਾਂ ਨਾਰਾਜ਼ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਸਾਡੇ ਹੀ ਆਗੂ ਨੇ ਤੇ ਕੁਝ ਨਾਰਾਜ਼ ਹੋਏ ਨੇ ਪਰ ਉਹਨਾਂ ਨੂੰ ਮਨਾ ਲਿਆ ਗਿਆ। ਕਈ ਵਾਰੀ ਜਿਹੜੇ ਜਿੱਤੇ ਉਹਨਾਂ ਨਾਲ ਗਲਤੀਆਂ ਹੋ ਜਾਂਦੀਆਂ ਨੇ ਪਰ ਪਰਿਵਾਰ ਦੇ ਮੈਂਬਰ ਨੇ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ ਪਰ ਫਿਰ ਵੀ ਸਾਡੇ ਸਾਥੀ ਨੇ ਤੇ ਚੰਗੇ ਇਨਸਾਨ ਨੇ ਤੇ ਸਾਡੇ ਨਾਲ ਹੀ ਨੇ। ਗੁੱਟਬੰਦੀ ਖਤਮ ਹੈ ਜੀ, ਕੋਈ ਗੱਲ ਨਹੀਂ। ਸਾਰੇ ਸਿਆਣੇ ਲੋਕ ਨੇ ਇਸ ਇਲਾਕੇ ਦੇ, ਸੋ ਸਮਝਦੇ ਨੇ ਵੀ ਇਲਾਕੇ ਦੀ ਤਰੱਕੀ ਸਰਕਾਰ ਨਾਲ ਰਿਹਾ ਹੀ ਹੈਗੀ ਆ। ਸੋ ਮੈਨੂੰ ਆਸ ਆ ਵੀ ਬੜੀ ਸ਼ਾਨੋ ਸ਼ੌਕਤ ਨਾਲ ਇੱਥੇ ਜਿੱਤ ਕੇ ਜਾਵਾਂਗੇ। ਦੱਸ ਦਈਏ ਕਿ ਪੰਜਾਬ ਦੇ ਵਿੱਚ 4 ਹਲਕਿਆਂ ਦੇ ਵਿੱਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦੇ ਚੱਲਦਿਆਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ। ਮੁਕੇਰੀਆਂ ਤੋਂ ਧਰਮਚੰਦ, ਦੈਨਿਕ ਸੁਰਾ ਟੀਵੀ।